ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਏ ਆਂ ਦੀ ਹੈਲਥ ਡਿਪਾਰਟਮੈਂਟ ਵਿੱਚ ਵੱਡੀ ਭਰਤੀ ਦਾ ਨੋਟੀਫਿਕੇਸ਼ਨ ਬਹੁਤ ਧੇਰ ਤੋਂ ਡੀਕੀ ਜਾ ਰਹੀ ਸੀ ਇਹ ਭਰਤੀ ਜੀ ਐਨ ਐਮ ਬੀ ਐਸ ਸੀ ਨਰਸਿੰਗ ਅਤੇ ਪੋਸਟ ਬੇਸਿਕ ਵਾਲੇ ਬੱਚਿਆਂ ਲਈ ਹੈ ਜੀ ਬਹੁਤ ਵੱਡੀ ਖੁਸ਼ਖਬਰੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਡਿਟੇਲ ਦੇ ਵਿੱਚ ਕੱਲੀ-ਕੱਲੀ ਗੱਲ ਦੀ ਇਨਫੋਰਮੇਸ਼ਨ ਦਿੱਤੀ ਜਾਊਗੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਸਟੂਡੈਂਟ ਅਤੇ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰਨ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਲਿਆ ਕਰੋ ਤਾਂ ਕਿ ਹਰ ਇੱਕ ਲੇਟੈਸਟ ਇਨਫੋਰਮੇਸ਼ਨ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਨਾਲ ਦੀ ਨਾਲ ਜਿਹੜੇ ਬੱਚੇ ਸੀ ਐਚ ਓ ਐਗਜ਼ਾਮ ਪ੍ਰੈਪਰੇਸ਼ਨ ਕਰ ਰਹੇ ਨੇ ਜੋ 7 ਅਗਸਤ ਨੂੰ ਲਿਆ ਜਾ ਰਿਹਾ ਵਾ ਉਹ ਆਪਣੇ ਦੂਸਰੇ ਚੈਨਲ ਨਰਸਿੰਗ ਕੈਰੀਅਰ ਤੇ ਜਾ ਕੇ ਉਸ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੀ ਤਿਆਰੀ ਨੂੰ ਹੋਰ ਮਜ਼ਬੂਤ ਕਰੋ ਸੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਲੈ ਕੇ ਚੱਲਦੇ ਆ ਤੁਹਾਨੂੰ ਸਿੱਧਾ ਅੱਜ ਦੇ ਅਫੀਸ਼ੀਅਲੀ ਨੋਟੀਫਿਕੇਸ਼ਨ ਦੇ ਉੱਤੇ ਅਤੇ ਦਿੰਨੇ ਆ ਕੰਪਲੀਟ ਜਾਣਕਾਰੀ हां जी ਆਪਾਂ ਪਹੁੰਚ ਗਏ ਆ ਜੀ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਸੋ ਅੱਜ ਦਾ ਜਿਹੜਾ ਨੋਟੀਫਿਕੇਸ਼ਨ ਆ ਇਹ ਜਾਰੀ ਕੀਤਾ ਗਿਆ ਜੀ 올 ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਨਿਊ ਡੈਲੀ ਵੱਲੋਂ ਸੋ ਏਮਜ਼ ਬਠਿੰਡਾ ਦੇ ਵਿੱਚ ਵੀ ਰਿਕਰੂਟ ਰਿਕਰੂਟਮੈਂਟ ਆ ਜਿੱਥੇ ਜਿੱਥੇ ਏਮਜ਼ ਦੇ ਸੈਂਟਰ ਨੇ ਸਾਰੇ ਕਿਤੇ ਰਿਕਰੂਟਮੈਂਟ ਆ ਸੋ ਇਹ ਪੋਸਟਾਂ ਨੇ ਜੀ ਨਰਸਿੰਗ ਆਫੀਸਰਸ ਦੀਆਂ ਸੋ ਇਹਦੇ ਵਿੱਚ ਤੁਹਾਡ ਨੂੰ ਪੇ ਸਕੇਲ ਬਹੁਤ ਵਧੀਆ ਰਹਿਣ ਵਾਲਾ ਵਾ ਆਨਲਾਈਨ ਐਪਲੀਕੇਸ਼ਨ ਇਨਵਾਈਟ ਹੋ ਗਈਆਂ ਨੇ ਠੀਕ ਹੈ ਜੀ ਜੋ ਪੇ ਸਕੇਲ ਆ ਉਹ 7 ਪੇ ম্যাট্রিক্স ਦੇ ਅਨੁਸਾਰ ਦਿੱਤਾ ਜਾਣਾ ਵਾ ਠੀਕ ਹੈ ਜੀ ਸੋ ਐਲੀਜੀਬਿਲਟੀ ਕ੍ਰਾਈਟੇਰੀਆ ਫॉर ਅਪੀਅਰਿੰਗ ਇਨ ਨੌਰਸੈਟ ਨੌਰਸੈਟ ਦਾ ਐਗਜ਼ਾਮ ਲਿਆ ਜਾਊਗਾ ਸੋ ਉਹਦੇ ਲਈ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਆ ਬੀਐਸਸੀ ਨਰਸਿੰਗ ਠੀਕ ਹੈ ਜੀ ਐਂਡ ਪੋਸਟ ਬੇਸਿਕ ਨਰਸਿੰਗ ਇਹਨਾਂ ਨੇ ਰੱਖੀ ਆ ਰਜਿਸਟਰਡ ਹੋਣੇ ਚਾਹੀਦੇ ਹੋ ਤੁਸੀਂ ਸਟੇਟ ਕਾਉਂਸਲ ਯਾ ਇੰਡੀਅਨ ਨਰਸਿੰਗ ਕਾਉਂਸਲ ਦੇ ਨਾਲ ਸੋ ਜਿਹੜੇ ਬੀਐਸਸੀ ਅਤੇ ਪੋਸਟ ਬੇਸਿਕ ਨਰਸਿੰਗ ਵਾਲੇ ਬੱਚੇ ਆ ਉਹ ਫਰੈਸ਼ਰ ਵੀ ਅਪਲਾਈ ਕਰ ਸਕਦੇ ਆ ਤੇ ਨਾਲ ਦੀ ਨਾਲ ਜਿਹੜੇ ਬੱਚਿਆਂ ਨੇ ਜੀਐਨਐਮ ਕੀਤੀ ਆ ਆ ਡਿਪਲੋਮਾ ਇਨ ਜਨਰਲ ਨਰਸਿੰਗ ਮੈਡਵਾਈਫਰੀ ਫ੍ਰੀ ਫ্রম ਐਨ ਇੰਡੀਅਨ ਨਰਸਿੰਗ ਕਾਉਂਸਲ ਉਹ ਵੀ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਪਰ ਉਹਨਾਂ ਕੋਲੇ 2 ਇਅਰ ਐਕਸਪੀਰੀਅੰਸ ਇਨ ਅ ਮਿਨਿਮਮ 50 ਬੈਡਡ ਹਸਪੀਟਲ ਆਫਟਰ ਐਕਵਾਇਰਿੰਗ ਦਾ ਐਜੂਕੇਸ਼ਨਲ ਕੁਆਲੀਫਿਕੇਸ਼ਨ ਠੀਕ ਹੈ ਜੀ ਪੰਜਾਬ ਇਡਾਂ ਵਾਲੇ ਹਸਪੀਟਲ ਦਾ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਜੀਐਨਐਮ ਵਾਲੇ ਬੱਚਿਆਂ ਕੋਲ ਹੋਣਾ ਚਾਹੀਦਾ ਜਦਕਿ ਬੀਐਸਸੀ ਨਰਸਿੰਗ ਅਤੇ ਪੋਸਟ ਬੇਸਿਕ ਨਰਸਿੰਗ ਵਾਲੇ ਫ੍ਰੈਸ਼ਰ ਬੱਚੇ ਵੀ ਅਪਲਾਈ ਕਰ ਸਕਦੇ ਆ ਸੋ ਏਜ ਲਿਮਿਟ ਦੀ ਗੱਲ ਕਰੀਏ ਤਾਂ ਏਜ ਲਿਮਿਟ ਰੱਖੀ ਗਈ ਹੈ ਜੀ 18 ਤੋਂ 30 ਸਾਲ ਠੀਕ ਹੈ ਜੀ ਉਸ ਤੋਂ ਬਾਅਦ ਜੇਕਰ ਆਪਾਂ ਫੀਸ ਦੀ ਗੱਲ ਕਰਦੇ ਆਂ ਤਾਂ ਫੀਸ ਤੁਸੀਂ ਦੇਖ ਸਕਦੇ ਹੋ ਜਨਰਲ ਕੈਂਡੀਡੇਟਸ ਲਈ 3000 ਰੁਪਿਆ ਐਸਸੀ ਐਸਟੀ ਕੈਂਡੀਡੇਟਸ ਅਤੇ ਈਡਬਲਯੂਐਸ ਵਾਲਿਆਂ ਲਈ 2400 ਰੁਪਿਆ ਰੱਖਿਆ ਗਿਆ ਪਰਸਨ ਵਿਦ ਡਿਸੇਬਿਲਟੀ ਸੋ ਉਹਨਾਂ ਲਈ ਨਹੀਂ ਰੱਖੀ ਗਈ ਫੀਸ ਠੀਕ ਹੈ ਜੀ ਸੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਅਪਲਾਈ ਕਿੱਦਾਂ ਕਰਨਾ ਅਤੇ ਡੇਟਾ ਕਿਹੜੀਆਂ ਨੇ ਇੰਪੋਰਟੈਂਟ ਸੋ ਤੁਸੀਂ ਦੇਖ ਸਕਦੇ ਹੋ ਆਨਲਾਈਨ ਹੀ ਅਪਲਾਈ ਹੋਣਾ ਵਾ ਠੀਕ ਹੈ ਜੀ ਆਨਲਾਈਨ ਅਪਲਾਈ ਕਰਨ ਲਈ ਤੁਹਾਨੂੰ ਥਰੋ ਐਮਜ਼ ਵੈਬਸਾਈਟ ਇਹ ਨੋਟ ਕਰ ਲਓ ਜੀ ਵੈਬਸਾਈਟ www.aimsexams.ac.in ਸੋ ਇਸ ਵੈਬਸਾਈਟ ਤੇ ਤੁਸੀਂ ਵਿਜ਼ਿਟ ਕਰਨਾ ਹੋਵੇਗਾ 4 8 2022 ਤੋ ਆਨਲਾਈਨ ਅਪਲਾਈ ਹੋਣਾ ਸਟਾਰਟ ਹੋ ਚੁੱਕਿਆ ਕਦੋਂ ਤੱਕ ਹੋਣਾ 21/8/2022 ਸ਼ਾਮ ਦੇ 5 ਵਜੇ ਤੱਕ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਇਸ ਨੌਰਸੈਟ ਐਗਜ਼ਾਮ ਦੇ ਲਈ ਠੀਕ ਹੈ ਜੀ ਸੋ ਹੋਰ ਜਿਹੜੀ ਇੰਪੋਰਟੈਂਟ ਜਾਣਕਾਰੀ ਆ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਆ ਆ ਦੇਖੋ ਜਦੋਂ ਤੁਸੀਂ ਆਨਲਾਈਨ ਅਪਲਾਈ ਕਰੋਗੇ ਤਾਂ ਇਹਨਾਂ ਨੇ ਕਲੀਅਰ ਲਿਖਿਆ ਕਿ ਦਾ ਕੈਂਡੀਡੇਟ ਮਸਟ ਇਨਸ਼ੋਰ ਥੈਟ ਇਮੇਜਸ of the photo signature and thumb impression should be as per the guidelines mentions in the upload image instructions give in the journal links so eh dhyan naal tusi fill karne honge jediyan photos ne apdiyan thumb impression aa theek hai ji te signature ne ਠੀਕ ਹੈ ਅੱਗੇ ਕੈਟਾਗਰੀ ਦਿੱਤੀ ਹੈ ਜਿਹੜੀ ਏਜ਼ ਰਿਲੈਕਸੇਸ਼ਨ ਦਿੱਤੀ ਜਾਊਗੀ ਸੈਂਟਰ ਗਵਰਨਮੈਂਟ ਦੇ ਰੂਲਾਂ ਦੇ ਮੁਤਾਬਕ ਸੋ ਇਹ ਸੈਂਟਰ ਦੀ ਵੈਕੈਂਸੀ ਆ ਵੈਕੈਂਸੀਆਂ ਹੋਣਗੀਆਂ ਨੌਸਰ ਦੇ ਐਗਜ਼ਾਮ ਤੋਂ ਬਾਅਦ ਐਮਜ਼ ਦੇ ਵਿੱਚ ਜਿਹੜੀ ਭਰਤੀ ਹੁੰਦੀ ਆ ਇਹ ਭਰਤੀ ਕਿੱਥੇ-ਕਿੱਥੇ ਹੋਣੀ ਆ ਇਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸੋ ਕਿੱਥੇ-ਕਿੱਥੇ ਇਹ ਪੋਸਟਾਂ ਨੇ ਜਿਹੜੀਆਂ ਇਹ ਭਰੀਆਂ ਜਾਣੀਆਂ ਨੇ ਸੋ نیچے ਇਹਨਾਂ ਨੇ ਡਿਟੇਲ ਦਿੱਤੀ ਹੋਈ ਆ ਸਭ ਤੋਂ ਉੱਤੇ ਆ ਰਿਹਾ ਜੀ ਨੰਬਰ 1 ਤੇ AIMS ਬਠਿੰਡਾ ਠੀਕ ਹੈ ਜੀ ਸੋ ਹੋ ਸਕਦਾ AIMS ਬਠਿੰਡਾ ਦੇ ਵਿੱਚ ਕਾਫੀ ਸਾਰੀਆਂ ਪੋਸਟਾਂ ਨਿਕਲ ਠੀਕ ਹੈ ਜੀ ਸੋ ਇਹ ਜਿਹੜੇ ਬੱਚੇ ਐਗਜ਼ਾਮ ਕਲੀਅਰ ਕਰਨਗੇ ਉਹਨਾਂ ਕੋਲੇ ਸੁਨਹਿਰੀ ਮੌਕਾ ਪੰਜਾਬ ਵਾਲਿਆਂ ਕੋਲ ਵੀ ਉਸ ਤੋਂ ਬਾਅਦ AIMS ਪੋਪਾਲ AIMS ਭੁਵਨੇਸ਼ਵਰ AIMS ਬੀਬੀ ਨਗਰ AIMS ਬਲਾਸਪੁਰ AIMS ਦੇਦੋਗਰ ਸੋ ਸਾਰੇ ਹੀ ਜਿੱਥੇ ਜਿੱਥੇ AIMS ਦੇ ਹਸਪੀਟਲ ਨੇ ਜਾਂ ਇੰਸਟੀਚਿਊਟ ਨੇ ਇਹਨਾਂ ਸਾਰਿਆਂ ਚ ਪੋਸਟਾਂ ਨਿਕਲਣਗੀਆਂ ਠੀਕ ਹੈ ਜੀ ਸੋ ਜਿਹੜੇ ਬੱਚੇ ਨੌਰਸੈਟ ਦਾ ਐਗਜ਼ਾਮ ਲਈ ਅਪਲਾਈ ਕਰਨਾ ਚਾਹੁੰਦੇ ਆ ਉਹ ਕਰ ਸਕਦੇ ਆ ਸੋ ਇਹ ਸੈਂਟਰ ਗਵਰਨਮੈਂਟ ਦੀਆਂ ਵੈਕੈਂਸੀਆਂ ਹੋਣਗੀਆਂ ਤੇ ਇਹਦੇ 7 ਪੇ ਮੈਟ੍ਰਿਕਸ ਦੇ ਅਨੁਸਾਰ ਤੁਹਾਨੂੰ ਫੀ ਸੈਲਰੀ ਦਿੱਤੀ ਜਾਊਗੀ ਤੇ ਮਿਲਦੇ ਆਂ ਜੀ ਫਿਰ ਨੈਕਸਟ ਵੀਡੀਓ ਚ ਉਮੀਦ ਕਰਦੇ ਆਂ ਅੱਜ ਦੀ ਇਹ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਹੋਊਗੀ ਜੇਕਰ ਇਸ ਭਰਤੀ ਦੇ ਰਿਗਾਰਡਿੰਗ ਕੋਈ ਹੋਰ ਨਵੀਂ ਅਪਡੇਟ ਆਉਂਦੀ ਆ ਜਿਹਦਾ ਪੋਸਟਾਂ ਦੀ ਗਿਣਤੀ ਦਾ ਪਤਾ ਲੱਗਦਾ ਤਾਂ ਆਪਾਂ ਨਾਲ ਦੀ ਨਾਲ ਤੁਹਾਨੂੰ ਅਪਡੇਟ ਕਰ ਦਵਾਂਗੇ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਹਰ ਇੱਕ ਲੇਟੈਸਟ ਤਾਜ਼ਾ ਅਪਡੇਟ ਚਾਹੇ ਉਹ ਨਰਸਿੰਗ ਨਾਲ ਹੋ ਰਿਲੇਟਡ ਹੋਵੇ ਚਾਹੇ ਉਹ ਮੈਡੀਕਲ ਫੀਲਡ ਨਾਲ ਕੋਈ ਵੀ ਇਨਫੋਰਮੇਸ਼ਨ ਹੋਵੇ ਆਪਾਂ ਲੈ ਕੇ ਆਉਂਦੇ ਆ ਤੁਹਾਡੇ ਤੱਕ ਸਭ ਤੋਂ ਪਹਿਲਾਂ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਨਵੀਂ ਅਪਡੇਟ ਲੈ ਕੇ ਧੰਨਵਾਦ